ਬਾਈ ਜਦੋਂ ਦਾ ਮੈਂ ਹਰਮਨ ਬਾਈ ਨੂੰ ਮਿਲ ਕੇ ਆਇਆ ਨਾ ਤੇ ਮੰਮੀ ਨੂੰ ਮੈਂ ਇੱਕ ਕਵਿਤਾ ਸੁਣਾਤੀ ਰਾਣੀ ਤੱਤ ਦੀ ਤੇ ਜਦੋਂ ਹੁਣ ਵਿਹਲਾ ਹੁੰਦਾ ਮੰਮੀ ਕਹਿੰਦੀ ਹੈ ਕਿ ਕੋਈ ਕਵਿਤਾ ਸੁਣਾ ਹਾਂਜੀ ਮਾਤਾ ਜੀ ਅੱਜ ਕਿਹੜੀ ਕਵਿਤਾ ਸੁਣਨੀ ਹੈ ਵੇ ਉਹ ਸੁਣਾ ਵੇ ਜਿਹੜੀ ਕੁੜੀਆਂ ਕੇਸ ਵਾਹੁੰਦੀਆਂ ਨੇ ਕੁੜੀਆਂ ਕੇਸ ਵਾਹੁੰਦੀਆਂ ਨੇ ਨੰਬਰ 39 ਹਾਂ ਇਹਦੇ 'ਚ ਨਾ ਇਹਦੇ 'ਚ ਗੱਲ ਕੀਤੀ ਹੈ ਹਰਮਨ ਬਾਈ ਨੇ ਕਿਹਾ ਸੀ ਕਿ ਰਾਣੀ ਤੱਤ ਜਿਹੜੇ ਬੰਦੇ ਨੇ ਪੜ੍ਹੀ ਹੈ ਜੇ 200 ਬੰਦੇ ਨੇ ਪੜ੍ਹੀ ਹੈ ਤਾਂ ਉਹ 200 ਤਰ੍ਹਾਂ ਦੀ ਹੋ ਗਈ ਮੈਨੂੰ ਇਸ ਕਵਿਤਾ ਦੇ ਵਿੱਚੋਂ ਨਾ ਇੱਕ ਸਾਰਿਆਂ ਨੂੰ ਦਿਸਦਾ ਹੋਣਾ ਇੱਕ ਮਿਡਲ ਕਲਾਸ ਫੈਮਿਲੀ ਜਾਂ ਕੋਈ ਵੀ ਪਰਿਵਾਰ ਹੈ ਇੱਕ ਮਾਂ ਦੇ ਇੱਕ ਧੀ ਦੇ ਇੱਕ ਜੋ ਬਾਪੂ ਹੈ ਉਹ ਮਤਲਬ ਕਿੱਦਾਂ ਫੀਲ ਕਰਦਾ ਧੀ ਦਾ ਵਿਆਹ ਕਰਨਾ ਜਾਂ ਇੱਕ ਔਰਤ ਨੂੰ ਕੀ ਕੀ ਪਰੇਸ਼ਾਨੀਆਂ 'ਚ ਲੰਘਣਾ ਪੈਂਦਾ ਸੋ ਉਹਦੇ ਵਿੱਚ ਕੀ ਕਹਿੰਦਾ ਕਹਿੰਦਾ ਗੁਰਾਂ ਦਾ ਦਰਸ ਵਡੇਰਾ ਹੈ ਗੁਰਾਂ ਤੋਂ ਕਾਹਦਾ ਪਰਦਾ ਹੈ ਕੁੜੀਆਂ ਕੇਸ ਵਾਹੁੰਦੀਆਂ ਨੇ ਸੂਰਜ ਧੁੱਪਾਂ ਕਰਦਾ ਹੈ ਅਤੇ ਅੱਗੋਂ ਜਿਵੇਂ ਮਾਂ ਉਹਨਾਂ ਨੂੰ ਕਹਿੰਦੀ ਹੈ ਕੁਛ ਕਹਿੰਦੀ ਕਿੰਨੀਆਂ ਸੋਹਣੀਆਂ ਕੰਘੀਆਂ ਨੇ ਲੱਗਦਾ ਰੱਬ ਤੋਂ ਮੰਗੀਆਂ ਨੇ ਇਹਨਾਂ ਦਾ ਦਾਜ ਵੀ ਕੱਤਣਾ ਹੈ ਅਜੇ ਤਾਂ ਕੋਠਾ ਛੱਤਣਾ ਹੈ ਇਹ ਦੁਨੀਆਂ ਦਮੜੇ ਚੱਬਦੀ ਏ ਅਤੇ ਪੈਸਾ ਘੋਲ ਕੇ ਪੀਂਦੀ ਏ ਨਹੀਂ ਤੁਹਾਡੇ ਕਾਜ ਰਚਾਉਣੇ ਨੇ ਅਤੇ ਚੋਖੀ ਰਕਮ ਲੜੀਂਦੀ ਏ ਮਤਲਬ ਇੱਕ ਮਾਂ ਚਿੰਤਾ ਕਰਦੀ ਹੈ ਕਿ ਪੈਸੇ ਦੀ ਲੋੜ ਹੈ ਧੀ ਦਾ ਵਿਆਹ ਕਰਨਾ ਇਹ ਫੱਗਣ ਦੇ ਗਲ ਪੱਤਿਆਂ ਦੇ ਹਾਰ ਹਮੇਲਾਂ ਵਰਗੀਆਂ ਨੇ ਜਾਂ ਆਲੀਆਂ ਭੋਲੀਆਂ ਉਮਰਾਂ ਦੇ ਵਿਸਰੇ ਖੇਲਾਂ ਵਰਗੀਆਂ ਨੇ ਇਹ ਧੂੜਾਂ ਬਾਵਰੀਆਂ ਹੋਈਆਂ ਕਿੱਥੇ ਕੁ ਜਾ ਕੇ ਬਹਿਣਾ ਹੈ ਸੰਧੂਰੀ ਟਿੱਬਿਆਂ ਦਾ ਝਾਕਾ ਹਵਾ 'ਚ ਤਰਦਾ ਰਹਿਣਾ ਹੈ ਹੁਣ ਇਹਦੇ ਵਿੱਚ ਬਾਬਲ ਦੀ ਗੱਲ ਆਏਗੀ ਪਿਓ ਦੀ ਇਹ ਕੁੜੀਆਂ ਕਣਸਾਂ ਪੂੰਝਦੀਆਂ ਕਣਸਾਂ ਮਤਲਬ ਕਿ ਪਰਛੱਤੀਆਂ ਹਨ ਇਹ ਕੁੜੀਆਂ ਕਣਸਾਂ ਪੂੰਝਦੀਆਂ ਸੁੱਚੇ ਸਹਿਜ ਦਾ ਚਸ਼ਮਾ ਨੇ ਇਹਨਾਂ ਨੂੰ ਜੰਮਿਆ ਮਾਪਿਆਂ ਨੇ ਇਹਨਾਂ ਨੂੰ ਮਾਰਿਆ ਰਸਮਾਂ ਨੇ ਕਿ ਦਿਲ ਵਿੱਚ ਹੌਲ ਜਿਹਾ ਪੈਂਦਾ ਹੈ ਬਾਪੂ ਚੁੱਪ ਚੁੱਪ ਰਹਿੰਦਾ ਹੈ ਭਰੇ ਪਰਿਵਾਰ 'ਚ ਵੱਸਦੇ ਨੂੰ ਕੁੜੇ ਕੀ ਹੋ ਗਿਆ ਹੱਸਦੇ ਨੂੰ ਕਿ ਹੁਣ ਸੁਣੀ ਬਾਪੂ ਦੀ ਰੀਝ ਕੀ ਹੈ ਕਿ ਮਹਿੰਦੀ ਚੜ ਜਾਵੇ ਸੂਹੀ ਜ਼ਮੀਨਾਂ ਗਹਿਣੇ ਧਰਦਾ ਹੈ ਕਿ ਮਹਿੰਦੀ ਚੜ ਜਾਵੇ ਸੂਹੀ ਜ਼ਮੀਨਾਂ ਗਹਿਣੇ ਧਰਦਾ ਹੈ ਕੁੜੀਆਂ ਕੇਸ ਵਾਹੁੰਦੀਆਂ ਨੇ ਸੂਰਜ ਧੁੱਪਾਂ ਕਰਦਾ ਹੈ ਫਿਰ ਜਿਵੇਂ ਆਪਾਂ ਨਿੱਕੀ ਦਾ ਵਿਆਹ ਕਰਨਾ ਕੁੜੀਆਂ ਦੇ ਚਾਅ ਕੀ ਹੁੰਦੇ ਨੇ ਇਹ ਸੂਹੀ ਪੱਗ ਦੇ ਚਾਨਣ ਨੂੰ ਜਦੋਂ ਖਾਬਾਂ ਦੇ ਵਿੱਚ ਸੇਕਦੀਆਂ ਇਹ ਸੂਹੀ ਪੱਗ ਦੇ ਚਾਨਣ ਨੂੰ ਜਦੋਂ ਖਾਬਾਂ ਦੇ ਵਿੱਚ ਸੇਕਦੀਆਂ ਤਾਂ ਮਾਂ ਦੇ ਵਿਆਹ ਵਾਲੇ ਲੀੜੇ ਉਦੋਂ ਪਾ ਪਾ ਕੇ ਵੇਖਦੀ ਇਹਨਾਂ ਅੱਗੇ ਵੇਖੀ ਜਿਨ੍ਹਾਂ ਦੇ ਵੀਰ ਨਹੀਂ ਹੈਗਾ ਹੈ ਨਾ ਇਹਨਾਂ ਦੇ ਵੀਰਾ ਨਹੀਂ ਹੋਇਆ ਸਿਰਾਂ 'ਤੇ ਚੀਰਾ ਨਹੀਂ ਹੋਇਆ ਇਹਨਾਂ ਦੇ ਵੀਰਾ ਨਹੀਂ ਹੋਇਆ ਸਿਰਾਂ 'ਤੇ ਚੀਰਾ ਨਹੀਂ ਹੋਇਆ ਇਹ ਜਿਹੜੇ ਤਾਰੇ ਜਗਦੇ ਨੇ ਇਹਨਾਂ ਨੂੰ ਵੀਰੇ ਲੱਗਦੇ ਨੇ ਇਹਨਾਂ ਦੇ ਪੈਰ ਭੰਭੀਰੀਆਂ ਨੇ ਇਹ ਕੰਮੀ ਧੰਦੀ ਰੁੱਝੀਆਂ ਨੇ ਇਹ ਖੁੱਲ੍ਹੀ ਗੰਢ ਦੇ ਵਰਗੀਆਂ ਨੇ ਅਤੇ ਫਿਰ ਵੀ ਕਾਹਤੋਂ ਗੁੱਝੀਆਂ ਨੇ ਇਹਨਾਂ ਨੂੰ ਖਾਧਾ ਪਚਦਾ ਹੈ ਇਹ ਸੋਹਲੇ ਰੱਬ ਦੇ ਗਾਉਂਦੀਆਂ ਨੇ ਜਿਵੇਂ ਤੁਸੀਂ ਮੰਮੀ 5 ਜਮਾਤਾਂ ਪੜ੍ਹੇ ਹੈ ਨਾ ਕੋਈ ਕਾਰਨ ਰਹਿ ਗਿਆ ਹੋਣਾ ਵੀ ਤੁਸੀਂ ਹੋਰ ਨਹੀਂ ਪੜ੍ਹ ਸਕੇ ਜਾਂ ਕਈ ਜਮੇ ਨਹੀਂ ਸਕੂਲ ਜਾ ਸਕੇ ਕਹਿੰਦਾ ਜੋ ਸਾਖਰਤਾ ਦੀਆਂ ਲਹਿਰਾਂ ਨੇ ਇਹਨਾਂ ਦੇ ਘਰ ਵਿੱਚ ਵੜੀਆਂ ਨਹੀਂ ਇਹਨਾਂ ਨੇ ਵਰਕੇ ਪਲਟੇ ਨਹੀਂ ਅਤੇ ਹੱਥ ਵਿੱਚ ਕਲਮਾਂ ਫੜੀਆਂ ਨਹੀਂ ਇਹਨਾਂ ਨੇ ਚੁੱਲ੍ਹੇ ਡਾਉਣੇ ਨੇ ਇਹਨਾਂ ਨੇ ਘਰ ਵਸਾਉਣੇ ਨੇ ਇਹ ਗੁੱਡੀਆਂ ਆਪ ਤਾਂ ਪੜ੍ਹੀਆਂ ਨਹੀਂ ਇਹਨਾਂ ਨੇ ਪੁੱਤ ਪੜ੍ਹਾਉਣੇ ਨੇ ਦਿਲਾਂ ਦੇ ਦਰਦ ਪਛਾਣ ਦੀਆਂ ਧੀਆਂ ਬਿਨ ਕਿੱਥੇ ਸਰਦਾ ਹੈ ਕੁੜੀਆਂ ਕੇਸ ਵਾਹੁੰਦੀਆਂ ਨੇ ਸੂਰਜ ਧੁੱਪਾਂ ਕਰਦਾ ਹੈ